ਲਓ ਜੀ, ਆਹ ਵੀਡੀਓ ਨੂੰ ਧਿਆਨ ਦੇ ਨਾਲ ਦੇਖ ਲਿਓ। ਜਿਹੜਾ ਆਪਾਂ ਮਾਰਕੀਟ ਦੇ ਵਿੱਚੋਂ ਖਾਣ ਪੀਣ ਵਾਲੀਆਂ ਚੀਜ਼ਾਂ, ਜਾਂ ਮੰਨ ਲਓ ਵੀ ਸਰ੍ਹੋਂ ਦਾ ਤੇਲ ਲੈ ਕੇ ਆਉਂਦੇ ਹਾਂ, ਜਾਂ ਰਿਫਾਇੰਡ ਲੈ ਕੇ ਆਉਂਦੇ ਹਾਂ, ਜਾਂ ਡਾਲਡਾ ਘਿਓ ਲੈ ਕੇ ਆਉਂਦੇ ਹਾਂ, ਕੋਈ ਵੀ ਲੈ ਕੇ ਆਉਂਦੇ ਵੀਰੇ, ਸਾਰਿਆਂ ਦੇ ਵਿੱਚ ਹੀ ਮਿਲਾਵਟਾਂ ਹੁੰਦੀਆਂ ਨੇ। ਮੈਂ ਵੀ ਇੱਕ ਵੀਡੀਓ ਵੇਖੀ ਸੀਗੀ ਤੇ ਸਰ੍ਹੋਂ ਦੇ ਤੇਲ ਤੇ ਉਹ ਮੁੰਡੇ ਦੀ ਬਣਾਈ ਸੀਗੀ ਆਪਣੇ ਵੀਰ ਦੀ, ਤੇ ਉਹਦੇ ਵਿੱਚੋਂ ਬਾਈ ਨਿਰਾ ਜ਼ਹਿਰ ਹੀ ਨਿਕਲਿਆ ਗਾ, ਪਤਾ ਨਹੀਂ ਕੀ ਕੁਛ ਹੋਊਗਾ ਯਾਰ ਵਿੱਚ ਪਾਇਆ। ਮੈਂ ਤਾਂ ਕਰਕੇ ਸ਼ੇਅਰ ਲੱਗਿਆ ਕਰਨ, ਤੁਹਾਨੂੰ ਮੈਂ ਵੀਡੀਓ ਵੀ ਦਿਖਾਊਂਗਾ। 2 ਮਿੰਟ ਪਹਿਲਾਂ ਆਪਾਂ ਗੱਲ ਕਰ ਲਈਏ, ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਦਿਓ। ਜੇ ਤੁਸੀਂ YouTube ਤੇ ਵੀਡੀਓ ਵੇਖਦੇ ਹੋ ਤਾਂ YouTube ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਜਿਹੜਾ ਬਾਈ ਸਰ੍ਹੋਂ ਦਾ ਤੇਲ ਆਉਂਦਾ ਗਾ ਮਾਰਕੀਟ ਦੇ ਵਿੱਚ, ਸਿਰਫ ਨਿਰਾ ਜ਼ਹਿਰ ਆ, ਤੇ ਉਹ ਵੀਰ ਨੇ ਵੀਡੀਓ ਵੀ ਦਿਖਾਈ ਆ ਤੇ ਸਾਰਾ ਕੁਝ ਕਰਕੇ ਦੇਖਿਆ ਉਹਨੇ, ਆਪਦਾ ਜਿੰਨਾ ਵੀ ਟੈਸਟ ਆਗਾ ਆਪਦਾ ਘਰੇ ਕਰਕੇ ਦੇਖਿਆ ਉਹਨੇ, ਉਹ ਹਿਸਾਬ ਦੇ ਨਾਲ ਆਪਾਂ ਵੀ ਵੀਡੀਓ ਬਣਾਈ ਹੈਗੀ, ਤੇ ਉਹ ਵੀਰ ਨੇ ਸਾਰੀ ਡਿਟੇਲ ਦੱਸੀ ਆ ਵੀ ਕੀ ਨਿਕਲਿਆ ਇਹਦੇ ਵਿੱਚੋਂ, ਉਹ ਮੈਂ ਵੀਡੀਓ ਵੀ ਦਿਖਾਊਂਗਾ। ਅਤੇ ਪਹਿਲਾਂ ਤਾਂ ਤੁਹਾਨੂੰ ਮੈਂ ਇੱਕ ਦੱਸਣ ਲੱਗਿਆਂਗਾ ਗੱਲ ਵੀ, ਜਿਹੜੀ ਸਰ੍ਹੋਂ ਦਾ ਤੇਲ ਲੈ ਕੇ ਆਉਣਾ ਆਪਾਂ ਬੋਤਲਾਂ ਦੇ ਵਿੱਚ ਲੈ ਕੇ ਆਉਣਾ ਜਾਂ ਕੋਈ ਗੇਲਣ ਲੈ ਕੇ ਆਉਣਾ, ਆਪਾਂ ਨੂੰ ਐਂ ਹੁੰਦਾ ਯਾਰ ਵੀ ਹਨਾ ਵੀ ਇਹ ਸਰ੍ਹੋਂ ਦਾ ਤੇਲ ਆ ਵੀ ਸਿਹਤ ਲਈ ਬਹੁਤ ਵਧੀਆ ਗਾ, ਤੇ ਉਹ ਵੀਡੀਓ ਨੂੰ ਦੇਖ ਕੇ ਯਾਰ ਮੈਂ ਤਾਂ ਇਹ ਵੀ ਸੋਚਿਆ ਵੀ ਸਰ੍ਹੋਂ ਦਾ ਤੇਲ ਜਮੀ ਜ਼ਹਿਰ ਹੈਗਾ। ਤੇ ਹੁਣ ਵੀਡੀਓ ਨੂੰ ਧਿਆਨ ਨਾਲ ਦੇਖੀ ਜਾਓ ਤੇ ਮੈਂ ਅਗਲੀ ਵੀ ਆ ਵੀਡੀਓ ਦਿਖਾਊਂਗਾ ਵੀ ਜਿਹੜੀ ਉਹ ਮੁੰਡੇ ਦੇ ਵੀਰ ਨੇ ਪਾਈ ਆ ਤੇ ਉਹਦੇ ਵਿੱਚੋਂ ਕੀ ਨਿਕਲਿਆ ਹੈਗਾ, ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਜਾਂਦੇ ਹੋ। ਬਾਈ ਜਿਹੜਾ ਸਰ੍ਹੋਂ ਦਾ ਤੇਲ ਹੈਗਾ ਉਹਦਾ ਟੈਸਟ ਕਿਵੇਂ ਕੀਤਾ ਉਹਨੇ, ਉਹ ਵੀ ਮੈਂ ਤੁਹਾਨੂੰ ਦੱਸਣ ਲੱਗਿਆ ਹੈਗਾ, ਤੇ ਆਪਣੀ ਵੀਡੀਓ ਸ਼ੇਅਰ ਕਰੀ ਜਾਂਦੇ ਹੋ। ਤੇ ਹੁਣ ਜਿਹੜਾ ਸਰ੍ਹੋਂ ਦਾ ਤੇਲ ਆ ਬਾਈ ਹੁਣ ਮਾਰਕੀਟ ਦੇ ਵਿੱਚ ਆਪਾਂ ਸ਼ਹਿਰਾਂ 'ਚ ਆਪਾਂ ਦੁਕਾਨਾਂ ਤੋਂ ਲਿਆਉਣਾ ਵੀ ਚਲੋ ਯਾਰ ਵੀ ਬਹੁਤ ਵਧੀਆ ਹੈਗਾ ਹਨਾ ਤੇਲ, ਵੀ ਦਾਲ ਸਬਜ਼ੀ ਬਣਾਉਣ ਵਾਸਤੇ ਵੀ ਆਪਾਂ ਉਹ ਵਰਤੀਏ, ਰਿਫਾਇੰਡ ਘਿਓ ਨਾ ਵਰਤੀਏ, ਡਾਲਡਾ ਘਿਓ ਨਾ ਵਰਤੀਏ, ਵੀ ਆਪਾਂ ਵੀ ਸਰ੍ਹੋਂ ਦਾ ਤੇਲ ਵਰਤਣ ਲੱਗ ਜਾਂਦੇ ਹਾਂ। ਮੈਂ ਕਹਿੰਦਾ ਬਾਈ ਜਦੋਂ ਮੈਂ ਉਹ ਵੀਡੀਓ ਦੇਖੀ ਆ ਉਹ ਹੈਗਾ ਨਿਰਾ ਜ਼ਹਿਰ, ਉਹ ਨਿਰਾ ਜ਼ਹਿਰ ਹੀ ਆ, ਤੇ ਉਹਦਾ ਟੈਸਟ ਉਹ ਬਾਈ ਨੇ ਕਿਵੇਂ ਕੀਤਾ, ਉਹਨੇ ਕੀ ਕਰਿਆ ਇੱਕ ਬੰਦ ਬੋਤਲ ਲੈ ਲਈ ਦੁਕਾਨ ਤੋਂ, ਬੰਦ ਬੋਤਲ ਲੈ ਕੇ ਬਾਈ ਉਹਨੇ ਫਰਿੱਜ ਦੇ ਵਿੱਚ ਲਾਤੀ, ਕਹਿੰਦਾ ਮੈਂ ਫਰਿੱਜ ਦੇ ਵਿੱਚ ਲਾ ਕੇ ਜਦੋਂ ਉਹ ਦੇਖਿਆ ਤੇ ਉਹ ਜਿਹੜਾ ਸਰ੍ਹੋਂ ਦਾ ਤੇਲ ਸੀਗਾ ਬਾਈ ਉਹ ਸਾਰਾ ਜੰਮ ਗਿਆ। ਹੁਣ ਜਿਹੜਾ ਸਰ੍ਹੋਂ ਦਾ ਤੇਲ ਹੁੰਦਾ ਗਾ ਜੇ ਨਾ ਮਿਲਾਵਟ ਹੋਵੇ ਵਿੱਚ ਉਹ ਕਦੇ ਨਹੀਂ ਜੰਮਦਾ ਹੁੰਦਾ ਪਿਓਰ, ਉਹਦੇ ਵਿੱਚੋਂ ਮੈਨੂੰ ਲੱਗਦਾ 300-400 ਗ੍ਰਾਮ ਹੀ ਸਰ੍ਹੋਂ ਦਾ ਤੇਲ ਨਿਕਲਿਆ ਬਾਈ, ਬਾਕੀ ਪਤਾ ਨਹੀਂ ਕੀ ਨਿਕਲਿਆ ਗਾ ਵਿੱਚੋਂ, ਜ਼ਹਿਰ ਹੀ ਨਿਕਲੀ ਆ। ਸਿਰਫ ਉਹ ਕੈਂਸਰ ਦਾ ਕਾਰਨ ਉਹੀ ਚੀਜ਼ਾਂ ਨੇ ਜਿਹੜੀਆਂ ਹੋ ਸਕਦੀਆਂ ਨੇ। ਇੱਕ ਉਹਨੇ ਹੋਰ ਦੱਸਿਆ ਵੀ ਇਹ ਚੀਜ਼ ਸਾਬਣਾਂ ਦੇ ਵਿੱਚ ਵੀ ਵਰਤੀ ਜਾਂਦੀ ਆ ਜਿਹੜੀ ਸਰ੍ਹੋਂ ਦੇ ਤੇਲ ਦੇ ਵਿੱਚੋਂ ਨਿਕਲੀ ਆ, ਤੇ ਹੁਣ ਮੈਂ ਤੁਹਾਨੂੰ ਵੀਡੀਓ ਦਿਖਾਉਣ ਲੱਗਿਆ, ਵੀਡੀਓ ਧਿਆਨ ਨਾਲ ਦੇਖ। ਜਦੋਂ ਤੁਸੀਂ ਸਰ੍ਹੋਂ ਤੇਲ ਲੈ ਕੇ ਆਉਂਦੇ ਹੋ ਬਾਜ਼ਾਰ 'ਚੋਂ, ਉਹਨੂੰ ਕਿਵੇਂ ਟੈਸਟ ਕਰਨਾ ਹੈ, ਉਹਨੂੰ ਕਿਵੇਂ ਚੈੱਕ ਕਰਨਾ ਹੈ ਵੀ ਇਹ 'ਚ ਸਰ੍ਹੋਂ ਤੇਲ ਕਿੰਨਾ ਹੈ ਅਤੇ ਜ਼ਹਿਰ ਕਿੰਨਾ ਹੈ 'ਚ ਬਾਈ, ਜ਼ਹਿਰ ਆਪਾਂ ਜਿਹੜਾ ਕਹਿੰਦੇ ਵੀ ਪਾਮ ਓਇਲ ਹੁੰਦਾ ਹੈ ਉਹ ਕਿਵੇਂ ਚੈੱਕ ਕਰਨਾ ਹੈ ਬਾਈ। ਜੇਕਰ ਤੁਸੀਂ ਬਾਈ ਇਸ ਤਰ੍ਹਾਂ ਸਰ੍ਹੋਂ ਤੇਲ ਖਾ ਰਹੇ ਹੋ ਤਾਂ ਤੁਸੀਂ ਬਾਈ ਮਤਲਬ ਕਿ ਆਉਣ ਵਾਲੇ ਸਮੇਂ ਨੂੰ ਕੈਂਸਰ ਦੀ ਬਿਮਾਰੀ ਨੂੰ ਸੱਦਾ ਦੇ ਰਹੇ ਹੋ ਬਾਈ। ਇਹ ਜਿਹੜਾ ਸ਼ਰੇਆਮ ਬੋਤਲ 'ਚ ਦਿਸ ਰਿਹਾ ਬਾਈ ਇਹ ਕੈਂਸਰ ਦਾ ਘਰ ਹੈ, ਜੇਕਰ ਤੁਹਾਡੇ ਤੇਲ 'ਚ ਵੀ ਇਹ ਚੀਜ਼ ਨਿਕਲਦੀ ਹੈ ਤਾਂ ਅੱਜ ਹੀ ਤੁਸੀਂ ਬੰਦ ਕਰ ਸਕਦੇ ਹੋ। ਚੈੱਕ ਕਰਕੇ ਆਪਾਂ ਤਰੀਕਾ ਸਮੇਂ ਕਿਵੇਂ ਤੁਸੀਂ ਚੈੱਕ ਕਰਨਾ ਹੈ ਸਿਰਫ ਇਹ ਮਤਲਬ ਕਿ ਆਪਾਂ ਘਰ 'ਚ ਹੀ ਚੈੱਕ ਕਰ ਸਕਦੇ ਹਾਂ। ਕਦੋਂ ਵੀ ਤੁਸੀਂ ਸਰ੍ਹੋਂ ਤੇਲ ਲੈ ਕੇ ਆਉਂਦੇ ਹੋ ਤਾਂ ਤੁਸੀਂ ਮਤਲਬ ਕਿ ਇਹ ਤਰੀਕੇ ਨਾਲ ਚੈੱਕ ਕਰ ਸਕਦੇ ਹੋ। ਪਹਿਲਾਂ ਸਭ ਤੋਂ ਪਹਿਲਾਂ ਦੇਖ ਲਓ ਬਈ ਇਹਦੇ ਵਿੱਚੋਂ ਕੀ ਕੁਛ ਤਾਂ ਨਿਕਲਿਆ ਬਈ। ਸਰ੍ਹੋਂ ਤੇਲ ਦੇ ਮਿੱਤਰੋ ਜੋ ਮੈਂ 300-400 ਗ੍ਰਾਮ ਹੀ ਨਿਕਲਿਆ, ਬਾਕੀ ਜਿਹੜਾ 600-700 ਗ੍ਰਾਮ ਨਿਕਲਿਆ ਉਹ ਜ਼ਹਿਰ ਹੀ ਨਿਕਲਿਆ। ਦੇਖ ਲਓ ਇਹਨੂੰ ਬਈ, ਜੋ ਜੇਕਰ ਤੁਸੀਂ ਟੈਸਟ ਕਰਕੇ ਇੱਕ ਵਾਰੀ ਇਹਨੂੰ ਤੁਸੀਂ ਦੇਖ ਲਿਆ ਨਾ, ਤੁਸੀਂ ਕਦੇ ਵੀ ਬਾਜ਼ਾਰ 'ਚੋਂ ਸਰ੍ਹੋਂ ਤੇਲ ਨਹੀਂ ਲੈ ਕੇ ਆਉਣਾ। ਆਹ ਦੇਖ ਲਓ ਬਈ ਇਹ ਇੱਕ ਮਤਲਬ ਕਿ ਐਂ ਲਾ ਲਓ ਵੀ ਜ਼ਹਿਰ ਹੀ ਇੱਕ ਤਰ੍ਹਾਂ ਦਾ ਤੁਸੀਂ ਜਿਹੜਾ ਦੇਖ ਰਹੇ ਹੋ। ਆਮ ਬੰਦਾ ਬਈ ਐਵੇਂ ਸੋਚਦਾ ਵੀ ਮੇਰੇ ਘਰ 'ਚ ਬਿਮਾਰੀ ਕਿੱਥੋਂ ਆ ਗਈ, ਮੈਂ ਇਸ ਤਾਂ ਤੇਲ ਵੀ ਸਰ੍ਹੋਂ ਦਾ ਖਾਂਦੇ ਹਾਂ।
ਵੀ ਮਤਲਬ ਸਹੀ ਚੀਜ਼ਾਂ ਵਰਤਦੇ ਹਾਂ, ਪਰ ਜੇ ਕਿਵੇਂ ਉਹਨੇ ਟੈਸਟ ਮੰਨ ਲਓ ਵੀ ਥਾਲ ਦੇ ਵਿੱਚੋਂ ਜਿਹੜਾ ਪਿੰਨਾ ਜਿਹਾ ਬਣਾ ਕੇ ਪਤਾ ਨਹੀਂ ਕੀ ਕੱਢਿਆ ਹੈਗਾ ਵਿੱਚੋਂ, ਹੈ ਨਾ, ਉਹ ਤੁਸੀਂ ਸਾਰਾ ਦੇਖ ਹੀ ਰਹੇ ਹੋ ਨਾ ਵੀ ਤੇਲ ਕਿੰਨਾ ਕੁ ਨਿਕਲਿਆ। ਸਿਰਫ ਉਹਨੇ ਇੱਕ ਬੋਤਲ ਸੀਗੀ ਜਿਹੜੀ, ਉਹਦੇ ਵਿੱਚੋਂ ਉਹ ਵੱਢ ਕੇ ਤੇਲ ਆ ਜਿਹੜਾ ਉਹ ਤਾਂ ਤੁਹਾਨੂੰ ਥਾਲੀ ਦੇ ਵਿੱਚ ਅਲੱਗ ਦਿੰਦਾ ਸੀਗਾ, ਤੇ ਜਿਹੜਾ ਉਹ ਪਿੰਨਾ ਜਿਹਾ ਬਣਿਆ ਹੈਗਾ ਜਿਵੇਂ ਕੋਈ ਸਾਬਣ ਸਾਬਣ ਨਹੀਂ ਹੁੰਦਾ ਵਿੱਚ ਪਾਇਆ, ਉਸ ਤਰ੍ਹਾਂ ਜੇ ਆਪਾਂ ਨੂੰ ਹੁਣ ਮੈਨੂੰ ਵੀ ਉਸ ਤਰ੍ਹਾਂ ਜੇ ਦੇਖਿਆ ਮੈਂ ਵੀ, ਉਹ ਬੋਤਲ ਵੱਡੀ ਆ ਬਈ, ਨਹੀਂ ਤੇਲ ਜਿਹੜਾ ਪਿਓਰ ਹੁੰਦਾ ਉਹ ਕਦੇ ਵੀ ਨਹੀਂ ਜੰਮਦਾ ਹੁੰਦਾ ਗਾ। ਤੇ ਹੁਣ ਜੇ ਆਪਾਂ ਹੁਣ ਤੇਲ ਲੈਣਾ ਬਾਈ ਪਿੰਡ ਆਪਣੇ ਕੋਲੂ ਲੱਗੇ ਹੁੰਦੇ ਆ ਚੱਕੀਆਂ ਵਗੈਰਾ ਤੇ, ਉੱਥੋਂ ਬਈ ਪਿਓਰ ਤੇਲ ਮਿਲ ਜਾਂਦਾ ਸਰੋਂ ਦਾ, ਜਾਂ ਆਪਾਂ ਮੰਨ ਲਓ ਵੀ ਸਰੋਂ ਬੀਜ ਕੇ ਹਨਾ ਉਹਦੇ ਵਿੱਚੋਂ ਨਾਲ ਤਾਂ ਪਸ਼ੂ ਨੂੰ ਖਲ ਨਿਕਲ ਆਉਂਦੀ ਆ, ਨਾਲੇ ਨਿਕਲ ਆਉਂਦਾ ਤੇਲ, ਜੇ ਆਪਾਂ ਉਹ ਮੈਂ ਕਹਿੰਦਾ ਵੀ ਵਰਤਿਆ ਕਰੀ ਯਾਰ ਸਾਰਿਆਂ ਨੂੰ ਵਧੀਆ ਗਾ। ਜਾਂ ਫਿਰ ਐਂ ਕਰੋ ਵੀ ਹੰਬੁੱਲ ਜੇ ਲੈਣਾ ਕੋਲੂ ਦਾ ਤੇਲ ਆ ਜਿਹੜਾ, ਹੁਣ ਆਮ ਪਿੰਡਾਂ ਦੇ ਵਿੱਚ ਚੱਕੀਆਂ ਹੁੰਦੀਆਂ ਨੇ ਉਹਨਾਂ ਤੇ ਹੁੰਦਾ ਗਾ ਕੋਲੂ ਸਰੋਂ ਨੂੰ ਮੰਨ ਲਓ ਵੀ ਪੀਠ ਨਾਲ, ਤੇ ਉੱਥੋਂ ਤੇਲ ਲਿਆਓ ਚਾਹੇ ਜਾ ਕੇ, ਉਹ ਸਾਰਿਆਂ ਨੂੰ ਵਧੀਆ ਗਾ ਤੇ ਸਿਹਤ ਲਈ ਮੰਨ ਲਓ ਵੀ ਉਹ ਠੀਕ ਹੈਗਾ। ਇਹ ਜਿਹੜੀ ਮਾਰਕੀਟ ਦੇ ਵਿੱਚੋਂ ਮੰਨ ਲਓ ਵੀ ਸਰੋਂ ਦਾ ਤੇਲ ਆਉਂਦਾ, ਇਹ 2 ਨੰਬਰ ਦਾ ਆਉਂਦਾ ਯਾਰ, ਪਿਓਰ ਕੁਛ ਵੀ ਨਹੀਂ ਆਉਂਦਾ ਹੈਗਾ, ਸਾਰਿਆਂ 'ਚ ਆਉਂਦੀ ਹੈ ਮਿਲਾਵਟ। ਤੁਸੀਂ ਵੀਡੀਓ ਦੇਖ ਹੀ ਲਈ, ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਪੇਜ ਨੂੰ ਫੋਲੋ ਕਰ ਦਿਓ, ਤੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ।